ਕਿਸਾਨਾਂ ਦੇ ਹੱਕ ਵਿੱਚ ਉਤਰੇ ਬਿਜਲੀ ਕਾਮੇ। ਸਿਰਕੀ ਬਾਜ਼ਾਰ ਬਿਜਲੀ ਬੋਰਡ ਦਫ਼ਤਰ ਵਿਖੇ ਫੂਕਿਆ ਕੈਪਟਨ ਦੇ ਮੋਦੀ ਸਰਕਾਰ ਦਾ ਪੁਤਲਾ। ਦੱਸ ਦਈਏ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਕਾਮੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਅਤੇ ਅੱਜ ਜੋ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਵਿੱਚ 3 ਆਰਡੀਨੈਂਸ ਪਾਸ ਕੀਤੇ ਨੇ, ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਅੱਜ ਮੋਦੀ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਸਰਕਾਰੀ ਅਦਾਰੇ ਵੇਚਣੇ ਬੰਦ ਕਰੋ। शांति आर्थिक नीतियां उन्होंने तहत मोदी हुकूमत ने जो 3 आर्डीनेंस किसान विरोधी आर्डीनेंस जारी किए ने गए ही बिजली एक्ट 2020 ਉਹਨੂੰ ਲਾਗੂ ਕਰਨ ਜਾ ਰਹੀ ਆ ਅਤੇ ਇਹਨਾਂ ਜਿਹੜੇ ਕਿਸਾਨ ਵਿਰੋਧੀ ਐਕਟ ਨੇਗੇ ਇਹਨਾਂ ਦਾ ਜਿਹੜਾ ਅਸਰ ਆ ਉਹ ਕਿਸਾਨਾਂ 'ਤੇ ਐਡਾ ਮਾਰੂ ਪੈ ਰਿਹਾ ਅਤੇ ਜਿਹਦੇ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਕਿਸਾਨਾਂ ਦੇ ਜਿਹੜੀ ਮੰਡੀਕਰਨ ਆ ਉਹ ਖੁੱਸ ਜਾਊਗਾ ਅਤੇ ਇਹਦੇ ਨਾਲ ਜਿਹੜਾ ਹੈਗਾ ਮਜ਼ਦੂਰਾਂ 'ਤੇ ਆੜ੍ਹਤੀਆਂ 'ਤੇ ਬਹੁਤ ਵੱਡਾ ਅਸਰ ਪੈਣਾ। ਅੱਜ ਦਾ ਆਪਣੇ ਵੱਲੋਂ ਕਿਸ ਤਰ੍ਹਾਂ ਕੀਤਾ ਜਾ ਰਿਹਾ ਵਿਰੋਧ? ਜਿਹੜਾ ਸਾਡਾ ਅੱਜ ਦਾ ਅਸੀਂ ਟੈਕਨੀ ਜਿਹੜੇ ਸਾਡੇ ਟੈਕਨੀਕਲ ਸਾਰੇ ਕੰਮ ਹੈ ਟੈਕਨੀਕਲ 2 ਅਤੇ ਟੈਕਨੀਕਲ ਸਾਡੇ 1 ਸਾਰੇ ਦਫ਼ਤਰਾਂ ਦੇ ਇਕੱਠੇ ਕੰਮ ਹੈ ਅਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ 'ਤੇ ਇੱਥੇ ਪ੍ਰੋਟੈਸਟ ਕਰ ਰਹੀਆਂ ਉਹਨਾਂ ਬਿੱਲਾਂ ਦੇ ਵਿਰੁੱਧ 'ਚ ਅਤੇ ਇੱਥੇ ਅਸੀਂ ਅਰਥੀ ਸਾਡ ਮੁਜ਼ਾਹਰਾ ਆਪਣਾ ਕਰਨਾ ਗਾ ਅੱਜ ਅਤੇ ਜੇ ਅਸੀਂ ਮੋਦੀ ਸਰਕਾਰ ਨੂੰ ਇਹ ਕਹਿੰਦੇ ਹਾਂ ਵੀ ਉਹ ਜਿਹੜੇ ਆਰਡੀਨੈਂਸ ਆ ਉਹ ਲਾਗੂ ਕਰਨ ਤੋਂ ਰੋਕੇ ਅਤੇ ਨਹੀਂ ਤਾਂ ਇਹ ਜਿਹੜਾ ਸਰਕਾਰ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।